ਸਤਿ ਸ਼੍ਰੀ ਅਕਾਲ ਜੀ। ਲਗਾਤਾਰ ਦੇਖਦੇ ਹਾਂ ਅਸੀਂ ਵਿਆਹ ਸ਼ਾਦੀਆਂ 'ਚ ਕਿ ਸਾਲੀਆਂ ਨੇ ਜਿਹੜੀਆਂ ਆਪਣੇ ਜੀਜੇ ਨੂੰ ਬਹੁਤ ਛੇੜਦੀਆਂ ਨੇ, ਅਤੇ ਕਈ ਵਾਰੀ ਹੱਸੀ ਮਜ਼ਾਕ ਖੈਰ ਜ਼ਿਆਦਾ ਭਾਰੀ ਵੀ ਪੈ ਜਾਂਦਾ। ਪਰ ਅਜਿਹਾ ਇੱਕ ਕਿੱਸਾ ਜਿਹੜਾ ਦੇਖਣ ਨੂੰ ਮਿਲਿਆ, ਜਦੋਂ ਇੱਕ ਸਾਲੀ ਨੇ ਆਪਣੇ ਜੀਜੇ ਦੇ ਪਿੰਨ ਝਬੋਤੀ ਤਾਂ ਫਿਰ ਉਦੋਂ ਬਾਅਦ ਕੀ ਹੋਇਆ, ਆ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ। ਵੀਡੀਓ ਦੇ ਵਿੱਚ ਤੁਸੀਂ ਦੇਖਿਓ ਕਿ ਆਖਿਰਕਾਰ ਜਦੋਂ ਫੇਰੇ ਲੈਣ ਦਾ ਟਾਈਮ ਸੀਗਾ ਤਾਂ ਉਹਦੇ ਸਾਲੀ ਪਿੰਨ ਜਿਹੜੀ ਝਬੋਦਾਉਂਦੀ ਆਪਣੇ ਜੀਜੇ ਦੇ, ਤਾਂ ਜ਼ਾਹਿਰ ਜੀ ਗੱਲ ਹੁੰਦੀ ਹੈ ਕਿ ਉਦੋਂ ਬਾਅਦ 'ਚ ਕਈ ਵਾਰ ਤਾਂ ਬੰਦੇ ਨੂੰ ਗੁੱਸਾ ਬਹੁਤ ਆ ਜਾਂਦਾ ਜਾਂ ਫਿਰ ਕਈ ਵਾਰ ਖਾਸੀ ਨਿਕਲ ਜਾਂਦੀ ਹੈ। ਹੁਣ ਇਹ ਜਿਹੜਾ ਤੁਹਾਨੂੰ ਦਿਖਾਉਣ ਲੱਗਿਆ ਕਿੱਸਾ, ਤੁਸੀਂ ਆਪ ਸਮਝੋਗੇ ਕਿ ਕਈ ਵਾਰ ਅਜਿਹਾ ਮਜ਼ਾਕ ਕਰਨਾ ਚਾਹੀਦਾ ਜਾਂ ਫਿਰ ਨਹੀਂ। ਤਾਂ ਤੁਸੀਂ ਵੀਡੀਓ ਦੇਖੋ, ਆ ਵੀਡੀਓ ਦਿਖਾਉਣਾ ਤੁਹਾਨੂੰ, ਕਿਉਂਕਿ ਇਹ ਵੀ ਲੋਕ ਆਪਦੇ ਵਿਆਹਾਂ ਦੇ ਪਾਉਂਦੇ ਰਹਿੰਦੇ ਨੇ। ਤਾਂ ਦੇਖਿਓ ਸਹੀ ਕਿ ਵਾਰੀ ਵਾਰੀ ਪਹਿਲੀ ਵਾਰ ਝਵਾਈ ਉਹਦੇ ਸ਼ਾਇਦ ਲੱਗੀ ਨਹੀਂ ਹੈਗੀ, ਦੁਬਾਰੇ ਫਿਰ ਤੁਸੀਂ ਦੇਖਿਓ ਜਦੋਂ ਝਵਾਈ ਫਿਰ ਜ਼ਰੂਰ ਉਹਨੂੰ ਦੇਖੀ, ਹਾਲਾਂਕਿ ਹੱਸ ਕੇ ਬੰਦੇ ਨੇ ਗੱਲ ਟਾਲਤੀ। ਹੁਣ ਇਹ ਜੇ ਗੱਲ ਕੀਤੀ ਲੱਗ ਗਏ ਨੇ ਕਿ ਖੈਰ ਪਹਿਲਾਂ ਦੇਖਿਆ ਜਿਵੇਂ ਪੁਰਾਣੇ ਸਮਿਆਂ ਤੋਂ ਸਾਲੀ ਜੀਜੇ ਦਾ ਮਜ਼ਾਕ ਚੱਲਦਾ ਆਉਂਦਾ, ਪਰ ਇਹੋ ਜਿਹੇ ਮਜ਼ਾਕ 'ਚ ਖੈਰ ਇਹ ਜਿਵੇਂ ਤੁਹਾਨੂੰ ਕਿਹਾ ਸੀਗਾ ਵੀ ਇਹ ਕਰਨਾ ਚਾਹੀਦਾ ਜਾਂ ਨਹੀਂ, ਫਿਰ ਖੈਰ ਕਰਨਾ ਤਾਂ ਨਹੀਂ ਚਾਹੀਦਾ ਕਿਉਂਕਿ ਕਈ ਵਾਰ ਕਿਸੇ ਦੇ ਕੋਈ ਜ਼ਿਆਦਾ ਲੱਗ ਜਾਏ ਜਾਂ ਪਿੰਨ ਪਤਾ ਨਹੀਂ ਕਿਹੋ ਜਿਹੀ ਹੋਵੇ। ਪਰ ਇੱਥੇ ਤਾਂ ਖੈਰ ਕਿਉਂਕਿ ਮੁੰਡਾ ਚੌ 'ਚ ਪੂਰੇ ਬੈਠਾ ਸੀਗਾ, ਕੁਛ ਬੋਲਿਆ ਨਹੀਂ ਹੈਗਾ। ਖੈਰ ਕੋਈ ਜੇ ਪੰਜਾਬੀ ਹੁੰਦਾ ਮਨ ਕਰੇ ਮੂੰਹੋਂ ਕੀ ਬੋਲ ਦਿੰਦਾ ਜਾਂ ਫਿਰ ਗੁੱਸਾ ਕਰ ਜਾਂਦਾ ਜਾਂ ਫਿਰ ਆਈਂ ਹੱਸ ਜਾਂਦਾ। ਖੈਰ ਕਈ ਵਾਰ ਅਜਿਹੇ ਮਜ਼ਾਕ ਮਹਿੰਗੇ ਵੀ ਪੈ ਜਾਂਦੇ ਨੇ, ਖੈਰ ਬਾਕੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ 'ਚ ਇਹੋ ਜਿਹੇ ਚੱਲਦੇ ਰਹਿੰਦੇ ਨੇਗੇ।